नमस्कार, ओम शांति ते नाले सत श्री अकाल। पाथ ऑफ सक्सेस यानी कि मेरे जीवन की सफलता की कहानी च तुहाडा बहुत 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 स्वागत आ। अज असी मिलांगे सिद्ध पीठ श्री देवी तलाब मंदिर दे जलंधर महासचिव भ्राता राजेश ब्रिज जी, जिन्हां दे नज़रां च अज तक ये कुशल प्रबंधक पिछले कई वर्षा ते अपनी समर्पित रूप की सेवा करदे आए हैं, ते नाले तन मन धन ते भी उन्होंने उन्हें काफ़ी सहयोग दिता है। ते जलंधर दे कई धार्मिक समाजिक संस्था च तुहाडा बहुत बहुत सहयोग रहा है। तो दर्शकों तुहाडा भी स्वागत करते हैं, तो नाले भ्राता राजेश भाई जी का भी आइए स्वागत करते हैं साढ़े भ्राता जी का। भ्राता जी, तुहाडा पाथ ऑफ सक्सेस तो बहुत बहुत स्वागत आ। नमस्कार जी। जी मैं अपने वालों श्री देवी तलाब मंदिर प्रबंधक कमेटी के प्रधान शीतल बीर जी वालों, सारे मैंबर वालों, सारे सेवादारा वालों, जेड़े जिन्होंने सानू इन्ना माण बख्शिया, तुसी इत्थे चल के आए, साडे सिर मत्थे हो। और जिहड़ा तुहाडा धर्म है वह एक बड़ी हिंदुस्तान की विदेशों च भी बड़ी जागृति लियाण वाला। मैं पिछों 25-30 साल तो इत्थे तो बाद सेवा च आया। पहले मैं एक बार कसौली गया सी 71 च, उत्थे तुहाडा लगा आया सी, मैं उत्थों ही बड़ा इंप्रैस होया सी। फिर इत्थे साडे तुहाडे आंदे रहे, मिलदे रहे, बहुत अच्छा लगा। और असी महामाई अगे अरदास करदे आ जिदा तुसी सेवा कर रहे हो, और यह धर्म का जिहड़ा ज्ञान दे रहे हो, ये तुसी दिन रात तरक्की करो। मैं फिर एक बार अपने वालों, अपने परिवार वालों, तुहाडियां भैणां दा, भरावां दा, जिन्हां ने अज इत्थे आके सानूं माण बख्शिया, लख लख धन्नवाद है। धन्नवाद जी भाई। जिदा असी गल कीती सिद्ध पीठ श्री देवी तलाब मंदिर, ਇਹ ਦੇਵੀ ਤਲਾਬ ਮੰਦਰ ਜਿੱਦਾਂ ਤੁਸੀਂ ਰੱਖਿਆ ਆ, ਪਹਿਲੇ ਬਜ਼ੁਰਗਾਂ ਨੇ ਜਿਹੜਾ ਰੱਖਿਆ, ਇਹਦੀ ਕਿਆ ਤੁਸੀਂ ਥੋੜ੍ਹੀ ਜਿਹੀ ਹਿਸਟਰੀ ਸੁਣਾ ਸਕਦੇ ਹੋ? ਜਿਹੜੇ ਸਾਡੇ ਸ਼ਾਸਤਰ ਹੈ ਨਾ, ਇਹ ਸ਼ਾਸਤਰਾਂ 'ਚ ਲਿਖਿਆ ਵੀ ਇਹ ਬਹੁਤ ਪ੍ਰਾਚੀਨ ਮੰਦਰ ਸੀ, 1000 ਸਾਲ ਪਹਿਲੇ ਵੀ ਮੰਦਰ ਸੀ ਇੱਥੇ, ਔਰ ਦੇਵੀ ਦਾ ਹੀ ਮੰਦਰ ਸੀ। ਇੱਕ 1937 'ਚ ਕਲਿਆਣ ਛਪਿਆ ਸੀ ਜੀ, ਕਲਿਆਣ ਧਾਰਮਿਕ ਸਮਾਚਾਰ ਪੱਤਰ ਹੈ, ਉਹਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ ਵੀ ਆਪਣਾ ਸਿੱਧ ਪੀਠ ਹੈਗਾ। ਕਾਮਨ ਸਿੱਧ ਪੀਠਾਂ 'ਚੋਂ ਇੱਕ ਸਿੱਧ ਪੀਠ ਹੈ, ਮਾਂ ਪਾਰਵਤੀ ਜੀ ਦਾ ਸਤੰਭ ਗਿਰਿਆ ਸੀ, ਔਰ ਉਸ ਤੋਂ ਬਾਅਦ ਆਪਣਾ ਇੱਥੇ ਭਗਵਾਨ ਸ਼ੰਕਰ ਜੀ ਦਾ ਆਪ ਵੀ ਆਏ ਸੀ। ਔਰ ਤੁਸੀਂ ਦੇਖੋ ਇਸ ਮੰਦਰ ਦੇ ਹਰ ਕੋਨੇ ਦੇ ਵਿੱਚ ਭਗਵਾਨ ਸ਼ੰਕਰ ਜੀ, ਪ੍ਰਾਚੀਨ ਮੰਦਰ ਹੈ, ਕੁਝ ਉਹ ਲੋਕੈਲਿਟੀ ਜਾਂ ਸਾਡੇ ਬਜ਼ੁਰਗ ਆ ਉਹਨਾਂ 100-150 ਸਾਲ ਤੋਂ ਦੇਖੇ ਆ, ਲੇਕਿਨ ਉਸ ਤੋਂ ਪਹਿਲੇ ਦੇ ਟੈਂਪਲਸ ਆ ਸਾਰੇ। ਸੋ ਇਹ ਇੱਥੇ ਬਹੁਤ ਤਪ ਹੋਇਆ, ਵੱਡੇ ਵੱਡੇ ਰਿਸ਼ੀ ਮੁਨੀਆਂ ਨੇ ਤਪ ਕੀਤਾ, ਬਾਬਾ ਹੇਮਗਿਰੀ ਜੀ ਸੀ ਉਹਨਾਂ ਨੇ ਬਹੁਤ ਤਪ ਕੀਤਾ, ਉਹਨਾਂ ਦੀ ਸਮਾਧ ਹੈ ਪਿੱਛੇ, ਅਤੇ ਉਸ ਤੋਂ ਬਾਅਦ ਇਹ ਤਪੋ ਭੂਮੀ ਹੈ। ਅੱਛਾ। ਹਾਂ, ਔਰ ਜੋ ਲੋਕ ਇੱਥੇ ਆਉਂਦੇ ਆ ਦੂਰੋਂ ਦੂਰੋਂ ਆਉਂਦੇ, ਜਿਹੜੇ ਵੈਸ਼ਨੋ ਦੇਵੀ ਜਾਂਦੇ, ਰਾਤੀ ਰੁਕ ਕੇ ਜਾਂਦੇ ਆ, ਸਾਨੂੰ ਸੇਵਾ ਦਾ ਮੌਕਾ ਮਿਲਦਾ। ਅਸੀਂ ਧਰਮਸ਼ਾਲਾ ਬਣਾਈਆਂ, 1000-1500 ਬੰਦਾ ਰੋਜ਼ ਰਾਤ ਰੁਕ ਸਕਦਾ, 3 ਟਾਈਮ ਲੰਗਰ ਚੱਲਦਾ, ਸਵੇਰੇ ਦੁਪਹਿਰ ਸ਼ਾਮ ਨਿਸ਼ੁਲਕ ਚੱਲਦਾ। ਔਰ ਇੱਕ ਅਸੀਂ ਹੋਸਪਿਟਲ ਰਨ ਕਰ ਰਹੇ ਹਾਂ 100 ਬੈੱਡ ਦਾ, ਔਰ ਫ੍ਰੀ ਆਪਣਾ ਛੋਟੇ ਨੋਮੀਨਲ ਚਾਰਜਿਸ 'ਤੇ ਅਸੀਂ OPD ਕਰਦੇ ਹਾਂ। ਔਰ ਲੋਕ ਬੜਾ ਆਪਾਂ ਚਿਕਿਤਸਾ ਦਾ ਬੜਾ ਲੈ ਰਹੇ ਆ ਜੀ। ਔਰ ਜਿਹੜਾ ਇੱਕ ਅੰਨਦਾਨ ਜੋ ਆਪਣੇ ਸ਼ਾਸਤਰਾਂ ਲਿਖੇ, ਇੱਕ ਅੰਨਦਾਨ, ਇੱਕ ਸ਼ਿਕਸ਼ਾ ਦਾਨ, ਇੱਕ ਚਿਕਿਤਸਾ ਦਾਨ, ਇਹ ਸਭ ਤੋਂ ਉੱਪਰ ਉੱਤਮ ਦਾਨ, ਇਸ ਤੋਂ ਉੱਪਰ ਕੋਈ ਦਾਨ ਨਹੀਂ ਹੈਗਾ। ਸੋ ਅਸੀਂ ਤੁਹਾਡੀਆਂ ਸਾਰੀਆਂ ਭੈਣਾਂ ਭਰਾਵਾਂ ਨਾਲ ਰਲ ਕੇ ਇਹ ਸੇਵਾ ਕਰ ਰਹੇ ਹਾਂ, ਔਰ ਸਾਨੂੰ ਤੁਸੀਂ ਸਭ ਆਸ਼ੀਰਵਾਦ ਦਿਓ ਵੀ ਇੱਦਾਂ ਅਸੀਂ ਸੇਵਾ ਕਰਦੇ ਰਹੀਏ ਜੀ। ਬਹੁਤ ਅੱਛਾ। ਅਤੇ ਜਿੱਦਾਂ ਮੈਂ ਤੁਹਾਡੀ ਪਰਸਨਲ ਲਾਈਫ ਦੀ ਗੱਲ ਕਰਦੀ ਹਾਂ ਕਿ ਬਹੁਤ ਸਾਰੀ ਪਹਿਲੇ ਦੇ ਜ਼ਮਾਨੇ 'ਚ ਜਿਵੇਂ ਗੱਲ ਹੁੰਦੀ ਹੈ ਕਿ ਬੇਰੁਜ਼ਗਾਰੀ ਕਰਨਾ ਜਾਂ ਰੋਜ਼ਗਾਰੀ ਕਰਨਾ ਜਾਂ ਕਿਸਾਨ, ਅਤੇ ਇਹ ਭਗਤੀ ਮਾਰਗ ਦਾ, ਇਹ ਮੰਦਿਰ ਦਾ ਜਿਹੜੇ ਤੁਸੀਂ ਮਹਾਂਸਚਿਵ ਕਿਹਾ ਜਾਂਦੇ, ਤੁਸੀਂ ਆਪਣੇ ਆਪ ਚੁਣਿਆ ਹੈ ਜਾਂ ਤੁਹਾਡੇ ਪਿੱਛੇ 'ਤੇ ਹੀ ਬੈਕਗਰਾਊਂਡ ਹੀ ਇੱਦਾਂ ਤਾਂ ਕਿ ਬਈ ਨਹੀਂ ਇਹ ਮੰਦਿਰ ਦਾ ਹੀ ਕਾਰਜ ਕਰਨਾ ਹੈ, ਇਹੀ ਇੱਕ ਸਾਨੂੰ ਸੋਭਾ ਦਿੰਦਾ ਹੈ? ਇਹ ਤਾਂ ਜਿੰਨੇ ਹੁੰਦੇ ਨਾ ਜੀ, ਆਪਣੇ ਫੈਮਿਲੀ ਟੂ ਫੈਮਿਲੀ ਚੱਲਦੇ ਆ। ਮੇਰੀ ਮਦਰ ਸਵੇਰੇ 3 ਵਜੇ ਉੱਠ ਕੇ, ਅਸੀਂ ਮੇਰਾ ਨਾਨਕਾ ਪਰਿਵਾਰ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ ਜੀ। ਅੱਛਾ। ਮੇਰੇ ਨਾਨੀ ਕੋਲ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ ਪਹਿਲੇ, ਅਸੀਂ ਮੇਰੇ ਨਾਨਾ ਜੀ, ਨਾਨੀ ਜੀ ਸਾਰੇ ਇਕੱਠੇ ਰਹਿੰਦੇ ਹੁੰਦੇ ਸੀ, ਅਤੇ ਉਹ ਸਵੇਰੇ 3 ਵਜੇ ਉੱਠ ਕੇ ਇਸ਼ਨਾਨ ਕਰਕੇ ਉਹਨਾਂ ਨੇ 4 ਵਜੇ ਗੁਰਦੁਆਰੇ ਚੱਲੇ। ਇੱਦਾਂ ਹੀ ਮੇਰੀ ਮਦਰ ਕਰਦੀ ਰਹੀ, ਜਦੋਂ ਮੈਂ 8 ਸਾਲ ਦਾ ਹੋਇਆ, 7 ਸਾਲ ਦਾ, ਮੈਂ ਦੇਖਿਆ, ਮੈਂ ਵੀ ਉਹਨਾਂ ਨਾਲ ਜਾਂਦਾ ਰਿਹਾ। ਸੋ ਅੰਦਰ ਇੱਦਾਂ ਹੀ ਗੁਣ ਚੱਲਦੇ। ਹੁਣ ਮੇਰੇ ਬੱਚਿਆਂ ਨੇ ਅੱਗੋਂ, ਮੈਂ ਮੰਦਰ ਜਾਂਦਾ ਸੀ ਉਦੋਂ ਕਾਰ ਨਹੀਂ ਹੁੰਦੀ, ਸਕੂਟਰ 'ਤੇ ਲੈ ਕੇ ਜਾਣਾ ਅੱਗੇ ਖੜ੍ਹੇ ਕਰਕੇ, ਉਹਨੇ ਲੋਟਾ ਫੜੇ ਹੋਣਾ, ਜਲ ਚੜਾਉਣਾ ਮੇਰੇ ਬੱਚੇ ਨੇ। ਅਤੇ ਜਿਸ ਤਰ੍ਹਾਂ ਮੈਂ ਇੱਕ ਲਾਤੇ ਕਰਦਾ ਸੀ, ਮਨ 'ਚ ਛੱਡਦਾ ਸੀ, ਇੱਕ ਦਿਨ ਮੈਂ ਦੇਖਿਆ ਮੇਰਾ ਬੱਚਾ ਜਿਹੜਾ 4 ਸਾਲ ਦਾ, ਉਹ ਵੀ ਇੱਕ ਲਾਤੇ ਮੇਰੇ ਨਾਲ ਖੜ੍ਹਾ, ਇੱਦਾਂ ਹੁਣ ਉਹਦਾ ਅੱਗੋਂ ਬੇਟਾ ਕਰ ਰਿਹਾ। ਸੋ ਫੈਮਿਲੀ ਟੂ ਫੈਮਿਲੀ ਚੱਲਦਾ।
ਬਾਕੀ ਤਾਂ ਪ੍ਰਭੂ ਦੀ ਇੱਛਾ ਹੁੰਦੀ ਹੈ। ਕਈਆਂ ਨੂੰ ਵਿਚਾਰੇ ਦੇਖਦਾ ਸਾਡੇ ਬਾਹਰੋਂ ਮੰਦਰ ਜਾਂ ਧਾਰਮਿਕ ਸਥਾਨ ਤੋਂ ਨਿਕਲਦੇ ਇੱਦਾਂ ਦਾ ਬਹੁਤ ਦੇਖ ਕੇ ਨਿਕਲਦੇ, ਉਹਨਾਂ ਨੂੰ ਹੁਕਮ ਹੀ ਨਹੀਂ ਅੰਦਰ ਜਾਣ ਦਾ ਜੀ। ਸੋ ਇਹ ਪ੍ਰਭੂ ਦੀ ਕਿਰਪਾ ਹੀ ਹੈ ਜੀ ਜੋ ਲਗਨ ਲੱਗਦੀ ਹੈ। ਤੁਹਾਨੂੰ ਵੀ ਲੋਕਾਂ ਨੂੰ ਲਗਨ ਲੱਗੀ ਹੈ, ਤੁਸੀਂ ਸਭ ਘਰ ਬਾਹਰ ਛੱਡ ਕੇ ਬੈਠੇ ਹੋ, ਠੀਕ ਨਹੀਂ ਗੱਲ ਐਡੀ ਵੱਡੀ ਲਗਨ। ਅਸੀਂ ਤਾਂ ਚਲੋ ਫਿਰ ਆਪਣੇ ਪਰਿਵਾਰ ਨਾਲ ਬੈਠੇ ਹਾਂ, ਜੋ ਤੁਹਾਡੇ ਧਰਮ ਵੱਲ ਦੇਖਦੇ ਹਾਂ ਅਸੀਂ, ਅਤੇ ਲੱਖ ਲੱਖ ਪ੍ਰਣਾਮ ਕਰਦੇ ਹਾਂ ਵੀ ਤੁਹਾਡੇ ਵਰਗੇ ਵੀ ਇਨਸਾਨ ਇੱਥੇ ਇੰਨੀ ਪੂਜਾ ਕਰਦੇ। ਜੀ ਜੀ, ਜਿੱਦਾਂ ਤੁਸੀਂ ਇੱਕ ਗੱਲ ਕੀਤੀ ਕਿ ਮੰਦਿਰ ਇੱਕ ਮੰਦਿਰ ਹੈ, ਜਿੱਦਾਂ ਗੁਰੂ ਗ੍ਰੰਥ ਸਾਹਿਬ ਤੁਸੀਂ ਇੱਕ ਸ਼ਬਦ ਬੋਲੇ, ਅਤੇ ਇਸ 'ਚ ਗੁਰੂ ਗ੍ਰੰਥ ਜਾਂ ਜਿਹੜੇ ਸਾਡੇ ਸਿੱਖ ਹੈ, ਜਿਹੜੇ ਸਰਦਾਰ ਹੈ, ਉਹ ਇੱਕ ਕਿਤਾਬ ਰੱਖਦੇ ਆ, ਉਹਨੂੰ ਪੜ੍ਹਦੇ ਆ, ਅਤੇ ਤੁਹਾਡਾ ਮੰਦਿਰ ਹੈ, ਕਿਆ ਇਸ ਮੰਦਿਰ 'ਚ ਵੀ ਤੁਸੀਂ ਮੂਰਤੀਆਂ ਦੀ ਪੂਜਾ ਕਰਦੇ ਆ? ਉਹ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਤੁਸੀਂ ਜਦੋਂ ਅੱਛੀ ਤਰ੍ਹਾਂ ਸੁਣੋਗੇ ਨਾ, ਉਹ 'ਚ ਰਾਮਚਰਿਤ ਮਾਨਸ ਦੇ ਸ਼ਲੋਕ ਤੁਸੀਂ ਹਰ ਵੇਲੇ, ਹਰ ਤੋਂ ਬਾਅਦ ਰਾਮ ਜੀ ਦਾ ਨਾਂ ਆ ਜਾਂਦਾ। ਇਹੋ ਜਿਹਾ ਕੋਈ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ ਵੀ ਇੱਕ ਬਹੁਤ ਉੱਤਮ ਹੈਗੀ ਹੈ ਜੀ। ਲੇਕਿਨ ਜਿੱਦਾਂ ਹੁਣ ਆਪਣਾ ਰਮਾਇਣ ਦਾ ਪਾਠ ਰੱਖਦੇ ਆਪਾਂ, ਅਖੰਡ ਪਾਠ, ਉਹਦਾ ਗੁਰੂ ਗ੍ਰੰਥ ਸਾਹਿਬ ਦਾ 3 ਦਿਨ ਦਾ ਪਾਠ ਰੱਖਦੇ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦੇ ਨਾ, ਉਹਦੇ 'ਤੇ ਰਾਮ ਜੀ ਦੇ ਵੱਲ ਉਹੀ ਸ਼ਿਕਸ਼ਾ ਜਿਹੜੀਆਂ ਰਮਾਇਣ ਦੇ ਵਿੱਚ ਆ ਜਾਂ ਆਪਣੇ ਭਾਗਵਤ ਵਿੱਚ ਆ, ਸੇਮ ਹੀ ਆ, ਉਹਨਾਂ ਨੂੰ ਸਾਰਾ ਇਕੱਠਾ ਕਰਕੇ ਹੀ ਬਣਾਇਆ ਗਿਆ ਜੀ। ਜੀ, ਅਤੇ ਕਿਆ ਪੂਜਾ ਪਾਠ ਦਾ ਇੱਕ ਪਰਫੈਕਟ ਸਮੇਂ ਹੈ ਕਿ ਬਈ ਇਸੀ ਸਮੇਂ 'ਚ ਅਸੀਂ ਪੂਜਾ ਪਾਠ ਕਰਨੀ, ਜਾਂ ਕੋਈ ਅਲੱਗ ਅਲੱਗ ਸਾਰਾ ਦਿਨ ਚੱਲਦੇ ਫਿਰਦੇ, ਮਤਲਬ ਇਹਦਾ ਕੋਈ ਫਿਕਸ ਹੈ ਟਾਈਮ? ਨਹੀਂ ਨਹੀਂ, ਕੋਈ ਫਿਕਸ ਟਾਈਮ ਤਾਂ ਨਹੀਂ। ਜਦੋਂ ਤੁਹਾਡਾ ਮਨ ਸਵੱਛ ਹੋਵੇ ਔਰ ਤੁਸੀਂ ਸੋਚੋ ਮੈਂ ਫਰੀ ਮਾਇੰਡ ਬੈਠੋ, ਪੂਜਾ ਉਦੋਂ ਹੀ ਕਰਨੀ ਚਾਹੀਦੀ ਹੈ। ਤੁਸੀਂ ਪੂਜਾ ਕਰਦੇ ਹੋ, ਧਿਆਨ ਤੁਸੀਂ ਉੱਧਰ ਕਰੋ, ਮੇਰੀ ਟਰੱਕ ਆ ਗਿਆ ਉਹ ਤੁਰਾਉਣਾ, ਅਤੇ ਜਾਓ ਮੇਰੀ ਵਾਈਫ ਨੂੰ ਜਾਂ ਬੱਚਿਆਂ ਨੂੰ ਛੱਡਣ ਜਾਣਾ, ਜਦੋਂ ਤੁਹਾਡਾ ਮਨ ਕਰੇ ਉਦੋਂ ਹੀ ਕਰਨੀ ਚਾਹੀਦੀ ਪੂਜਾ, ਔਰ ਬਿਲਕੁਲ ਮਨ ਧਿਆਨ ਨਾਲ ਲਗਾਉਣਾ ਚਾਹੀਦਾ, ਤਾਂ ਹੀ ਫਿਰ ਆਤਮਾ ਪਰਮਾਤਮਾ ਨਾਲ ਜੁੜਦੀ ਹੈ। ਜੀ ਜੀ ਜੀ, ਔਰ ਪੂਜਾ ਦਾ ਤਾਂ ਹੀ ਹੈ ਫਾਇਦਾ, ਫਰੀ ਮਾਇੰਡ ਵੀ ਹੋਵੇ ਅਤੇ ਤੁਹਾਡਾ ਅੰਦਰ ਵੀ ਤਾਂ ਹੀ ਪਵਿੱਤਰ ਹੋਏਗਾ ਜੇ ਅਸੀਂ ਪਰਮਾਤਮਾ ਨਾਲ ਜੁੜੇ ਹੋਵੋਗੇ। ਜੇ ਉਹ ਐਵੇਂ ਘੰਟੀਆਂ ਵਜਾਈ ਜਾਣੀਆਂ, ਉਦੋਂ ਤਾਂ ਕੋਈ ਫਾਇਦਾ ਨਹੀਂ ਹੈਗਾ। ਬਾਕੀ ਹਰ ਦੇ ਆਪਣੇ ਆਪਣੇ ਖਿਆਲ ਹੈ ਜੀ, ਅਤੇ ਕਈ ਤਾਂ ਹੁਣ ਰਾਹ ਜਾਂਦੇ ਵੀ ਤੁਸੀਂ ਦੇਖੋ ਮਾਲਾ ਜਪਦੇ ਰਹਿੰਦੇ ਆ। ਆਪਾਂ ਕਈ ਫੋਲੋਅਰਸ ਦੇਖਦੇ ਹਾਂ, ਉਹਨਾਂ ਨੇ ਹੱਥ 'ਤੇ ਪਾਈ ਹੁੰਦੀ, ਹਰ ਵੇਲੇ ਮਾਲਾ ਜਪਦੇ ਰਹਿੰਦੇ ਆ, ਔਰ ਉਹ ਅੱਜ ਕੱਲ੍ਹ ਉਹ ਚੱਲ ਪਿਆ ਕੀ ਵਾਲਾ, ਉਹ ਦੱਬੀ ਜਾਂਦੇ ਆ, ਉੱਦਾਂ ਹੀ ਪਾਠ ਕਰੀ ਜਾਂਦੇ। ਵੇ ਆਫ ਜਿੱਦਾਂ ਮਰਜ਼ੀ ਆ, ਨਾਂ ਤਾਂ ਪ੍ਰਭੂ ਦਾ ਹੀ ਲੈਣਾ, ਚਾਹੇ ਜਿਸ ਤਰ੍ਹਾਂ ਮਰਜ਼ੀ ਲੈ ਲਓ। ਜੀ ਬਿਲਕੁਲ, ਅਤੇ ਜਿੱਦਾਂ ਤੁਸੀਂ ਮਾਲਾ ਦੀ ਗੱਲ ਕੀਤੀ, ਬਸ ਇੱਕ ਇਹ ਹੈ ਕਿ ਅਸੀਂ ਮਾਲਾ ਫੇਰਦੇ ਹਾਂ, ਉਸ 'ਚ ਇਸ 108 ਮਣਕੇ ਹੁੰਦੇ ਆ, ਕਿਆ ਪਰਫੈਕਟ ਹੈ ਕਿ 108 ਮਣਕੇ ਹੀ ਅਸੀਂ ਯਾਦ ਕਰਿਆ ਕਰਦੇ? ਕਿਉਂਕਿ ਅਸੀਂ, ਮੈਂ ਤੁਹਾਡੇ ਨਾਲ ਵੀ ਗੱਲ ਕਰਦੀ ਹਾਂ, ਮਾਲਾ ਵੀ ਜਪਦੀ ਹਾਂ, ਕਿ ਕਨਫਰਮ ਹੈ ਕਿ ਸਾਡੇ ਅਸੀਂ ਉਸ ਟਾਈਮ ਯਾਦ ਹੀ ਕਰਦੇ ਹਾਂ, ਜਾਂ ਹੋਰ ਕੋਈ ਵਿਚਾਰ ਸਾਗਰ? ਤੁਹਾਡਾ ਮਨ ਪ੍ਰਭੂ ਨਾਲ ਲੱਗਾ ਆ ਜੀ, ਫਿਰ ਤਾਂ ਚਾਹੇ ਤੁਸੀਂ ਕੋਈ ਗੱਲ ਵੀ ਕਰੋ, ਧਿਆਨ ਤੁਹਾਡਾ ਉੱਧਰ ਲੱਗਾ ਆ, ਮਾਲਾ ਫੇਰੀ ਜਾਓ। ਕਈ ਵਾਰ ਜਦੋਂ ਮਤਲਬ ਕਿ ਬੰਦਾ ਮਾਲਾ ਫੇਰਦਾ ਹੁੰਦਾ, ਅਤੇ ਕੋਈ ਇਹੋ ਜਿਹੀ ਗੱਲ ਆ ਜਾਂਦੀ, ਇੱਕਦਮ ਧਿਆਨ ਡਿਵਰਟ ਕਰ ਜਾਂਦਾ, ਅਤੇ ਉਹ ਫਿਰ ਬੰਦੇ ਨੂੰ ਉੱਥੇ ਰੋਕ ਦੇਣੀ ਚਾਹੀਦੀ ਹੈ। ਜੇ ਤੁਹਾਡਾ ਧਿਆਨ ਹੀ ਪ੍ਰਭੂ ਵੱਲ, ਜਿਸ ਦਾ ਨਾਂ ਲੈ ਰਹੇ ਆਪਾਂ, ਉਹਦਾ ਧਿਆਨ ਹੀ ਤੁਹਾਡਾ ਸਾਈਡ 'ਤੇ ਹੋ ਗਿਆ, ਫਿਰ ਫਾਇਦਾ ਨਹੀਂ ਕੋਈ। ਬਾਕੀ ਆਪਣੀ ਆਪਣੀ ਸੋਚ ਹੈ ਜੀ। ਜਿੱਦਾਂ ਤੁਸੀਂ ਬੋਲਿਆ ਕਿ ਕੋਈ ਸਮਾਂ ਨਹੀਂ ਹੈ ਟਾਈਮ ਕਰਨੇ ਦਾ, ਕਿਆ ਮੰਦਿਰ 'ਚ ਪਰਫੈਕਟ ਇੱਕ ਬੋਰਡ ਲੱਗਿਆ ਵਾ ਕਿ 5 ਤੇ 6 ਇਤਨਾ ਹੀ ਟਾਈਮ ਯਾਦ ਮੰਦਿਰ ਖੁੱਲਿਆ ਵਾ, ਜਾਂ 7 ਤੇ 8 ਇੱਕ ਫਿਕਸ ਹੈ ਕਿ ਮੰਦਿਰ, ਤਾਂ ਭਗਤਾਂ ਨੇ ਫਿਰ ਕਿੱਦਾਂ ਆਉਣਾ, ਉਹਨਾਂ ਨੇ ਕਿੱਦਾਂ ਦਰਸ਼ਨ ਕਰਨੇ? ਪੂਜਾ ਪਾਠ ਤਾਂ ਤੁਸੀਂ ਚੱਲਦੇ ਵੀ ਕਰ ਸਕਦੇ ਹੋ, ਦਰਸ਼ਨ ਦੇ ਜੀ ਏਦਾਂ ਜੀ ਲਿਖਿਆ ਆਪਣੇ ਸ਼ਾਸਤਰ ਲਿਖਿਆ ਹੈ, ਸਵੇਰੇ ਅੰਮ੍ਰਿਤ ਵੇਲਾ ਸ਼ੁਰੂ ਹੁੰਦਾ। ਅੰਮ੍ਰਿਤ ਵੇਲੇ ਹੀ ਆਪਣਾ ਨਾ ਪਹਿਲੇ ਮੂਰਤੀਆਂ ਦਾ ਜਿਸ ਤਰ੍ਹਾਂ ਇਸ਼ਨਾਨ, ਜਿੱਦਾਂ ਸੰਗਰਾਂਦ ਹੋਇਆ ਕੋਈ ਧਾਰਮਿਕ, ਪਹਿਲੇ ਇਸ਼ਨਾਨ ਹੁੰਦਾ, ਇਸ਼ਨਾਨ ਤੋਂ ਬਾਅਦ ਆਰਤੀ ਜਿਹੜੀ ਹੈ, ਮਤਲਬ ਕਿੰਨੀਆਂ ਸਦੀਆਂ ਤੋਂ ਆਰਤੀ ਹੁੰਦੀ ਹੈ ਜੀ, ਮਤਲਬ ਉਹ ਪ੍ਰਭੂ ਨੂੰ ਉਠਾ ਰਹੇ ਆ। ਰਾਤੀ ਜਦੋਂ ਆਪਾਂ 9 ਵਜੇ ਤੋਂ ਸ਼ੈਨ ਆਰਤੀ ਕਰਦੇ, ਪ੍ਰਭੂ ਨੂੰ ਸਲਾਹ ਦਿੱਤਾ, ਉਹ ਕਹਿੰਦਾ ਆਪਣਾ ਬੈੱਡ ਬਣੇ ਹੁੰਦੇ ਆ ਜੀ, ਸਭ ਕੁਛ, ਜਿੱਦਾਂ ਆਪਾਂ ਆਪਣੇ ਬਜ਼ੁਰਗਾਂ ਨੂੰ ਜਿੱਦਾਂ ਕਰਦੇ ਹਾਂ, ਸਰਦੀਆਂ ਦੇ ਉੱਤੇ ਕੰਬਲ ਵੀ ਦੇਣਾ, ਕੋਲ ਪਾਣੀ ਵੀ ਰੱਖਣਾ, ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਰਾਤੀ ਕਰਦੇ ਸੰਤੋਖਦੇ ਆ, ਉਸ ਤੋਂ ਬਾਅਦ ਉਹ ਆਪਣਾ ਉਹਨਾਂ ਨੇ ਸ਼ਾਇਨ ਅਕਸ਼ ਬਣਾਇਆ ਹੁੰਦਾ, ਬਕਾਇਦਾ ਉੱਥੇ ਕਰਕੇ ਆਉਂਦੇ ਆ। ਹਰ ਧਰਮ ਦਾ ਆਪਣੇ ਆਪਣੇ ਪ੍ਰਭੂ ਨੂੰ ਸੁਣਦੇ। ਹੁਣ ਜਦੋਂ ਟੈਂਪਲ ਬੰਦ ਹੋ ਜਾਂਦਾ, 1 ਤੋਂ 2 ਅਸੀਂ ਵੀ ਕਰਦੇ ਹਾਂ, ਅਤੇ ਉਹ ਘੜਿਆਲ ਨੇ ਕਹਿੰਦੇ ਵਜਾਉਣਾ ਵੀ ਪ੍ਰਭੂ ਉੱਠ ਪੈਂਦੇ ਆ, ਵਿਸ਼ਰਾਮ ਕਰ ਰਹੇ ਆ, ਠੀਕ ਹੈ। ਅੱਛਾ, ਅਤੇ ਇਸ ਵੇਲੇ ਜੋ ਪਿਛਲੇ ਹੁਣ ਸ਼ਾਸਤਰਾਂ 'ਚ ਚੱਲਿਆ ਰਿਹਾ, ਪਤਾ ਨਹੀਂ ਕਦੋਂ ਚੱਲਿਆ ਰਿਹਾ, ਸਵੇਰੇ 4 ਵਜੇ ਉੱਠ ਕੇ ਪੰਡਿਤ ਜੀ ਨੇ ਆਰਤੀ ਕਰਨੀ ਆ, ਆਰਤੀ ਤੋਂ ਬਾਅਦ ਥੋੜ੍ਹਾ ਦੁੱਧ ਦਾ ਭੋਗ ਲੱਗਣਾ, ਜਿੱਦਾਂ ਜੋ ਵੀ, ਜਿੱਦਾਂ ਆਪਾਂ ਚਾਹੇ ਪੀਂਦੇ ਹਾਂ, ਉੱਦਾਂ ਪ੍ਰਭੂ ਨੂੰ ਦੁੱਧ ਦਾ ਭੋਗ ਲੱਗਣਾ ਜਾਂ ਮਿਸ਼ਰੀ ਦਾ ਭੋਗ ਲੱਗਣਾ, ਇਹਦੇ ਵਿੱਚ ਆਪਾਂ ਕੋਈ ਇੰਟਰਫੇਅਰ ਹੀ ਨਹੀਂ ਕਰ ਰਹੇ, ਪਿਛਲੇ ਹੀ ਚੱਲੇ ਆ ਰਹੇ ਹਾਂ ਜੀ, ਪਤਾ ਨਹੀਂ ਕਦੋਂ ਸਦੀਆਂ ਚੱਲੇ ਆ ਰਹੇ ਹਾਂ। ਅਤੇ ਇਸ ਮੱਠ 'ਚ ਕਿਤਨੇ ਪੰਡਿਤ ਹੈ,
फिर विश्राम कर शाम भोजन स्वच्छ भोजन बनता है। अंदर एक माता रानी की किचन अलग बनाई है, उसे माता रानी बाकी जिन्या मूर्तियां क्योंकि जो प्राण प्रतिष्ठा पै जाए ना जो भोजन का भी ध्यान रखना पड़ता, वस्त्रों का भी ध्यान रखना पड़ता। और साढ़े शास्त्रा लिखा जिन्होंने प्राण प्रतिष्ठा कराई है ना वो सारे परिवार की ड्यूटी बनती है भी वह भोजन का ध्यान करना, उन्होंने वस्त्रों का ध्यान करना, मुक्टा का ध्यान करना, क्योंकि उस परिवार ने स्थापना कराई होंगी है, उन्होंने ड्यूटी बनती है और परिवार टू परिवार अगे चलता है। अच्छा जी, तो जितना जिदा लिखा मैं देखा धार्मिक पिछले कई कुछ वर्षों च इदा होया था, कुछ समय की गल करिए कि इतने सारे मंदिर बने, इतने सारे धन धार्मिक संस्थापक बने, पिछले कुछ धर्म के बारे च लड़ाइयाँ भी होंगी थी, ये मंदिर नहीं बनना, अयोध्या की गल कर लिए, उस धार्मिक स्थल के बारे च तुसी की कहना चाहते साडे दर्शकों को, कितनी लड़ाइयाँ, मतलब एक धर्म है देवी देवी देवता सनातन धर्म, इतने सारे धर्म बन गए वे हुण। सनातन धर्म तो बहुत प्राचीन धर्म है जी, और सब तो स्वच्छ धर्म है और शुद्ध धर्म है जी। तुझे आपां भी लमांदे हैं जी इस उपर अपना साडा, मतलब कि कोई अच्छे ऐसे गुण किए होंगे जी, अपना पहले आप हिंदू धर्म दे विच आने हैं, उस तो बाद आप सनातन धर्म मानते हैं जी। अगो हुण जिदा शाखा निकली जा रही है, इनू तो कोई रोक नहीं सकता, हर एक बंदे ने अपना अपना कर रहे हैं जी। इहदे च जो सब तो उत्तम धर्म सनातन धर्म ही है, बिल्कुल उन्होंने फॉलो, मेरा जो अपना विचार है उन्होंने फॉलो करना चाहिए, सब कुछ है जी बिल्कुल। लेकिन एक गल ये भी है कि जब तुसी इस मठ च आए या बचपन से जो भी एक गल तुसी दसी तो ये पहले तो ही इदा बना रहा, तुसी अपना जिदा बोले तन मन धन दिता, तो यह मठ न बनाने वास्ते क्या थोड़ा ये सहयोग रहा या परिवार का भी सहयोग, नहीं तुसी ये की करे करते क्या करे तो थोड़ा ये जीवन ही, क्योंकि अजकल के यूथ नु असी बोलते कि तुसी धार्मिक विच चलिए तो बोलते कि साडा हाल ताईं टाइम नहीं होया, उन्हां दे वास्ते तुसी क्या कहना चाहते हो? देखो जी यूथ नु चाहिए भाई जो साडे अपने फैमिली नु फॉलो करन, जिहड़ा हेड करते आ जी सवेरे उठ के जो पूजा पाठ करते हैं उन्होंने भी करना चाहिए, उन्होंने भी यूथ नू भी आत्मा शुद्ध रहेगी। जो अजकल सब तो वड्डा जो रोग लगा नशे नुशिया का, जो इस धर्म न जुड़न गए तो नशे नुशे वाल कोई ध्यान नहीं जाता, ठीक है जी। जदों और ये चाहिए भी है परिवारों जो हैड होना चाहिए अपने बच्चों देखन, नहीं मोडिफाई कर लैके जा जो धार्मिक फंक्शन होंगे उन्होंने दसन साड़ी सारा पिछली हिस्ट्री की है और किदा किदा। देखो जी जे धर्म साडा जुड़िया है तो धर्म नाल ही देश चल रहा जी, जे धर्म ही नहीं रहेगा देश भी नहीं चलेगा। सो मेरे वालों और सारे वालों सोसाइटी वालों ये भी अपने बच्चों का ध्यान रखो और उन्होंने धर्म के नाल जुड़ो और फिर फैमिली सक्सेसफुल ही है जी, किसी तरह की कोई कमी नहीं आ सकती जी, जी, तो जिदा जी आप फॉलोइंग करा उदा ही हो जाएगा, रिजल्ट तो ही निकल जाएगा जी, जी। हाँ, हाँ जिदा हम रात बच्चे दो बजे घर आते मापे पुछते ही नहीं, सवेरे जो निकलते हैं घरों पेरेंट्स निकलते वो सुते होंगे है, रात फिर आते फिर नहीं मिलते, फिर बच्चों का भी कोई नहीं रहा, कोई इंट्रस्ट नहीं प्यार नहीं रहा कोई ना। तो जिदा तुम एक मैसेज दिता यूथ न कि भी एक अपने परिवार नाल मिलके, लेकिन कितने ये गल भी हो जाती कि नशा बहुत बड़ी चीज़ है कि अजकल बुजुर्ग या कुछ पुराने लोगों को छोड़ के यूथ अजकल नशा करे करता, वो नशे नू हटाने वास्ते तुसी क्या एक सहयोग देंगे? इधर देखो जी ये तो मन दा हैगा भी, क्योंकि अजकल नशा बहुत ज्यादा है, देखा जाए तो अजकल एक लिस्ट जो नाम देखे तो पंजाब एक नशे च आंदा, पंजाब एक्चुअली ना जी बॉर्डर ते है जी, बॉर्डर ते हैगा इधर ना, बॉर्डर तो बाहरले पासों नशा बहुत सप्लाई हो रहा है। अच्छा। और ये कोई पॉलिसी भी एदा भी जड़े बच्चों नु तुसी नशा लगाओ, एक तो उन्हां दी चारां दी जड़े नशा बेचदे आ उन्हां इजी मनी है, लेकिन साडी जड़ी नस्ल तबाह हो रही है, गवर्नमेंट बहुत कर रही है जी और
गवर्नमेंट ने नशा केंद्र भी खिलाते, छड़ाओ भी करो, लेकिन सब तो वड्डी विल पावर चाहिए है, भी मैं छड़ सकदा नहीं छड़ सकदा। तो सो ये तो हुण उस परमात्मा की भी दया चाहिए है, और नहीं तो साड़ी तो सारी नस्ल अगर खराब हो रही है। साड़ा मुल्क के जोड़े अच्छे बच्चे है वो बाहर जा रहे हैं, इसे पिछे भी कई घर ही बहर आता, असं तो इधर बैठे ना, तुम इधर जाओ अमृतसर साइड गुरदासपुर जाओ, उतों के पिंड पिंड ही खत्म हो गए जी। बच्चे देखो जाके देखो नशे कर करके मंजिया से लम्बे पे है, मापिया के सामने सुक बेचारे स्केलटन बन गए सुख सुख के, वो मापिया का देखो कि हाल आ जाए बच्चों के, सारा हो गया जी काम जी जी। तुसी जिदा मैं अपनी गल करा या होर सीधी गल करा, असी परमात्मा नू याद कर दे ध्यान लगा के, लेकिन तुसी अपना टाइम किदा परमात्मा नू देंदे, किस तरह तुसी परमात्मा नू याद कर दे? मैं देखो जी कोई मैं इतना तो है नहीं भाई, कोई परमात्मा नू तो परमात्मा दे अंदर ही बसदा है जी, ठीक नहीं जी। तुसी जी जदों ज्ञान देंदे हो तुसी कहंदे हो जी परमात्मा तुहाडे इत्थे अंदर है जी, तो वो ज्ञान तो अंदरों ही मिलता है जी सारा, ठीक नहीं। बाकी जो एवं टलियां बजाई जाओ हर वे परमात्मा परमात्मा करते रहो, अंदरों ज्ञान तो अंदरों ही चाहिए सारा ना। लेकिन अंदर संतुष्टि नहीं है, शांति नहीं है, फिर की करना? शांति तो देखो कभी ना कभी तो आ ही जाती है जी, जो बंदा सोचे ना कभी ना कभी, तुम भी कभी ना कभी बोले ना, अगर परमानेंट मैं अपने आप में स्थिर करना या परमात्मा नु याद करना, या मैं थोड़ा बोले कि एक यूथ नु एक तुसी मैसेज, तुसी मैसेज बहुत अच्छा था, लेकिन एक क्वेश्चन मेरा मन चाहता कि मैं अपने मन नु किदा स्थिर करा, किदा मैं तुसी बोले कदे ना कदे, तो एक कदे ना कदे किदा हटाना फिर मैं? ये तो अपने ते बंदे नु चाहिए, जो बंदा चाहे वे मैं अपना मन स्थिर करना फिर तो स्थिर हो जाएगा जी। जो बंदा वेवरिंग नेचर च रहे ना जी, तो इस पिछे कदी ना कदी तो प्रभु कृपा करता ही है जी। तो तुहाड़ी तरफ से अगर तुसी ब्रह्मा कुमारी नाल मिलदे कई वर्षा ते तुसी ब्रह्मा कुमारी नाल जुड़े हुए, एक ब्रह्मा कुमारी दा तुहाड़े मन च क्या अनुभव होया, बड़ा क्या अच्छा, फील बड़ा महसूस होया? बड़ा सुचा धर्म है जी जी, और सब तो वधिया अच्छी गल है भी तुहाड़ी सारे वर्ल्ड च फॉलोइंग है जी, और सारा लोग बड़ा अच्छी तरह सुनते। मैं थोड़े कई जाता रहा, दादी जी आते इतने साढ़े 2004 भी आए थे, मैं उन्होंने सुनिया बिल्कुल पॉइंट टू पॉइंट, कोई ट्रैक तो बाहर नहीं, जो उन्होंने कहता भी आत्मा बारे दसना तो उन्होंने आत्मा बारे है। सो ये बड़ा स्वच्छ धर्म है, मैं सारे हिंदू वासियों को अपील करना इस धर्म को फॉलो करो जी। ते लास्ट तुसी एक समाज सेवका वास्ते, समाज सेविका नु एक क्या मैसेज देने तुहाडे वास्ते, एक तुसी क्या मैसेज देना चाहते कि तुसी इदां करो या फिर कुछ ऐसी गल है? मैं तो समाज नु यही कहना भी पहले बड़े जड़े संकट छाए हुए है, अपने धर्म नु ना भुलो, धर्म दे नाल लगो, पेरेंट्स दी भी है वी अपने बच्चों का ध्यान रखो, जो बच्चे भटक रहे हैं। और मैं तो उस महामाई अगे अरदास करता जी, जिहड़ा अपनी अगली इंटरव्यू होए उच्चे सारे अवगुण खत्म हो जी, जरूर रल मिल के सारे करिए और जल्दी मिलिए जी, जरूर। बहुत बहुत धन्यवाद, तुहाडा भी बहुत बहुत धन्यवाद भाई जी। मित्रों अज असी सफलता की कहानी सुनी साडे भ्राता राजेश ब्रिज जी दे, अगली कड़ी च फिर ते मुलाकात होगी, तब तक ले नमस्कार, ओम शांति शांति, ओम शांति, ओम शांति।